हेलो गाइस आज मैं जाने वाली हूं लंदन बस में सो so, स्नैप स्टार्ट करते हैं हमारा सफर सुबह की वीडियो <laughs> so, सो ये सारी वीडियो बना जड़ी स्नेहा ने बनाई है वो भी लंदन बस दे ऊपर बैठे और इतनी ज्यादा अमेजिंग व्यू है ना तो सी ये क्या है मतलब ऊपरो देख के किवें दिस रह गया अपना पंजाब ਤੁਹਾਨੂੰ ਪਤਾ ਹੈ ਕਿ ਕਿੱਥੇ ਹੈ ਇਹ ਦੱਸ ਦਿੰਨੇ ਆ ਚਲੋ ਇਹ ਹੈ ਪੈਲੀਕਨ ਪਲਾਜ਼ਾ ਜੋ ਕਿ ਆਪਣੇ ਪਿੰਡ ਪੱਕੇ ਵਿੱਚ ਖੁੱਲਿਆ ਹੋਇਆ ਤੇ ਉਥੇ ਨਵੀਂ ਆਈ ਹੈ ਲੰਡਨ ਬੱਸ ਅਸੀਂ ਸੋਚਿਆ ਕਿ ਅੱਜ ਵੀਕਐਂਡ ਹੈ ਕਿਉਂ ਨਾ ਜਾਈਏ ਕੁਮੇ ਫਿਰਿਏ ਹਨਾ ਤੇ ਅਸੀਂ ਗਏ ਪੈਲੀਕਨ ਪਲਾਜ਼ਾ ਵਿੱਚ ਸੋ ਇਟ ਇਜ਼ ਜਸਟ ਸੀ ਦੇ ਕਿ ਲੱਗਦੇ ਕਿੰਨਾ ਸੋਹਣਾ 뷰 ਆ ਰਿਹਾ ਇੱਥੇ ਦੇਖੋ ਕਿੰਨੇ ਜ਼ਿਆਦਾ ਸੋਹਣਾ ਲੱਗਦਾ ਮਤਲਬ ਬੱਸ ਦੇ ਉੱਪਰ ਬੈਠ ਕੇ ਵੈਸੇ ਤਾਂ ਇਹੋ ਜਿਹੀ ਬੱਸਸ ਪਹਿਲਾਂ ਜਦੋਂ ਬਹੁਤ ਪਹਿਲਾਂ ਦਾ 콜ਕਾਤਾ ਵਿੱਚ ਸੀ ਤੇ ਆਪਾਂ ਫੋਰਨ ਕੰਟਰੀਜ਼ ਵਿੱਚ ਇੰਨੀਆਂ ਸਾਰੀਆਂ ਵੇਖਦੇ ਆ ਪਰ ਲੇਕਿਨ ਹੁਣ ਇਹ ਫੀਟਕੋਡ ਦੇ ਵਿੱਚ ਵੀ ਆ ਚੁੱਕੀ ਹੈ ਤੇ ਉਹ ਵੀ ਪੈਲੀਕਨ ਪਲਾਜ਼ਾ ਵਿੱਚ ਤੁਸੀਂ ਜ਼ਰੂਰ ਟਰਾਈ ਕਰਿਓ ਹਾਨੂੰ ਪਤਾ ਹੈ ਇਹ ਤਾਂ ਬਹੁਤ ਜੈਨੂਇਨ ਸਰਪ੍ਰਾਈਜ਼ ਆ ਮਤਲਬ ਇਹ ਤਿੰਨ ਗੇੜੇ ਕਾਢਵਾ ਦਿੰਦੇ ਆ 100 ਰੁਪੀਸ ਦੇ ਵਿੱਚ ਉਹ ਵੀ ਸਾਰੇ ਪੈਲਿਕਨ ਪਲਾਜ਼ਾ ਦੇ ਆਊਟਲੈਟ ਦੇ ਵਿੱਚ ਬਹੁਤ ਹੀ ਜ਼ਿਆਦਾ ਮਜ਼ੇਦਾਰ ਹੈ ਪਹਿਲਾਂ ਤੇ ਅਸੀਂ ਗਏ ਸੀ ਬਰਨਾਲਾ ਉੱਥੇ ਵੀ ਅਸੀਂ ਚੁੜਰਾਇਤਾ ਸੀਗਾ ਲੰਡਨ ਬਸਵੇ ਚ ਉੱਥੇ ਵੀ ਹੈਗੀ ਹੈ ਪਰ ਹੁਣ ਇਹ ਆਪਣੇ ਫ੍ਰੀਡਕੋਟ ਵਿੱਚ ਵੀ ਆ ਚੁੱਕੀ ਹੈ ਤਾਂ ਇੰਨਾ ਦਾ ਮਜ਼ਾ ਆਇਆ ਨਾ ਮਤਲਬ ਆਪਾਂ ਬਾਸ ਚੱਲਦੀ ਹੈ ਚੱਲਦੀ ਚੱਲ ਤੁਸੀਂ ਉੱਤਰ ਵੀ ਸਕਦੇ ਹੋ ਆਪਣੇ ਜਿੱਥੇ ਵੀ ਤੁਸੀਂ ਆਸ-ਪਾਸੇ ਮਾਲਸ ਜਿਹੜੀ ਵੀਟ ਸ਼ਾਪਸ ਆ ਤੁਸੀਂ ਉੱਥੇ ਖੁੰਮ ਸਕਦੇ ਹੋ ਠੀਕ ਹੈ ਤੇ ਆਪਣਾ ਸਮਾਨ ਵੀ ਵਾਪਸ ਰੱਖ ਸਕਦੇ ਹੋ ਬਹੁਤ ਜ਼ਿਆਦਾ ਅਮੇਜ਼ਿੰਗ ਹੈ ਮਤਲਬ ਬਹੁਤ ਜ਼ਿਆਦਾ ਛੂਟੇ ਦਿੰਦੇ ਆ ਤਾਂ ਇੰਨਾ ਮਜ਼ਾ ਆਂਦਾ ਨਾ ਸੋ ਵੈਸੇ ਤੇ ਕਾਫੀ ਵੱਡੀ ਵੀਡੀਓ ਹੈ ਤੁਹਾਨੂੰ ਪਤਾ ਮੈਂ ਪਿੱਛੇ ਵੌਇਸ ਕਿਉਂ ਐਡ ਕਰ ਰਹੀ ਹਾਂ ਕਿਉਂਕਿ ਨਾ ਗਾਣੇ ਚੱਲਦੇ ਸੀ ਤੁਹਾਨੂੰ ਪਤਾ ਕਾਪੀਰਾਈਟ ਕਲੇਮ ਲੱਗ ਜਾਂਦਾ ਸੋ ਵੈਸੇ ਬਹੁਤ ਜ਼ਿਆਦਾ ਮਜ਼ੇ ਆਊਗਾ ਅੱਜ ਦਾ ਸੁੰਡੇ ਲੰਘ ਚੁੱਕੇ ਸੋ ਗਾਇਸ ਜੇਕਰ ਤੁਸੀਂ ਫ੍ਰੀ ਹੋਵੋਗੇ ਸੈਟਰਡੇ ਸੁੰਡੇ ਨੂੰ ਅਗਲੀ ਵਾਰ ਉੱਥੇ ਜ਼ਰੂਰ ਆਈਓ ਬਹੁਤ ਜ਼ਿਆਦਾ ਮਜ਼ੇ ਕਰਿਓ ਬਹੁਤ ਜ਼ਿਆਦਾ ਸੋਹਣੀ ਹੈ ਲੰਡਨ ਬ੍ਰਿਜ ਦੇ ਕੇ ਤੁਸੀਂ ਲੰਡਨ ਬੱਸ ਜੇ ਤੁਸੀਂ ਉੱਪਰ ਬੈਠ ਸਕਦੇ ਹੋ نیچے ਬੈਠ ਸਕਦੇ ਹੋ ਤੇ ਬਹੁਤ ਹੀ ਜ਼ਿਆਦਾ ਸੋਹਣੀ ਹੈ 100 ਰੁਪੀਆ ਪਰ ਪਰਸਨ ਇਦਾਂ ਪ੍ਰਾਈਸ ਹੈ ਤੇ ਇਹ ਪੂਰੇ 3 ਰਾਉਂਡਸ ਦਿੰਦੀ ਹੈ ਤੇ ਬਹੁਤ ਹੀ ਜ਼ਿਆਦਾ ਮਜ਼ਾ ਆਂਦਾ ਹੈ ਜਦੋਂ ਤੁਸੀਂ ਇੱਥੇ ਟ੍ਰੈਵਲ ਕਰਦੇ ਹੋ ਐਂਡ ਰੈੱਡ ਕਲਰ ਦੀ ਹੈ ਇਹ ਸੋ ਬਾਏ ਬਾਏ ਥੈਂਕਸ ਫॉर ਵਾਚਿੰਗ ਬਾਕੀ ਤੁਸੀਂ ਸਫਰ ਇੰਜੋਏ ਕਰੋ